ਹੈਲੋ ਹਾਲੋ ਕੀ ਹਾਲ ਹੈ ਯਾਰ ਮੀਨੇ ਉਹ ਮਾ ਬੋਲਦਾ ਜਾਜ ਹੈ ਉਹ ਮਾ ਬੋਲਦਾ ਚਾਚਾ ਤੇਰਾ ਬਿਸ਼ਾਰਤ ਕੀ ਹਾਲ ਆ ਪੁੱਤ ਯਾਰ ਮੀਨੇ ਬੜੀ ਇੱਕ ਅਫਸੋਸਨਾਖ ਖਬਰ ਹੈ ਯਾਰ ਉਹ ਯਾਰ ਮੈਂ ਬੋਲਦਾ ਜਾਜ ਮੈਂ ਬਿਸ਼ਾਰਤ ਮਿਸਤਰੀ ਕਿੰਨਾ ਕਾਲ ਮਲਾ ਲਈ ਪੁੱਤ ਮੈਨਾਂ ਮਿਲ ਗਈ ਆ ਚਾਚਾ ਬਿਸ਼ਾਰਤ ਫੌਤ ਹੋ ਗਿਆ ਉਹ ਮੈਂ ਬੋਲਣਿਆ ਯਾਰ ਤੂੰ ਮੈਨੂੰ ਕੀ ਕਹੀ ਜਾਣਿਆ ਫੌਤ ਹੋ ਗਿਆ ਕੋਈ ਹੋਰ ਬਿਸ਼ਾਰਤ ਦੀ ਗੱਲ ਕਰਦਾ ਹਏ 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 ਹਾਂ ਸ਼ਾਮੀ 5 ਵਜੇ ਫੌਤ ਹੋਇਆ ਕੌਣ ਚਾਚਾ ਬਿਸ਼ਾਰਤ ਫੌਤ ਹੋਇਆ ਮੀਨੇ ਉਹ ਜਾ ਮੈਂ ਤੈਨੂੰ ਕਹੀ ਜਾਣਾ ਪਰ ਮੈਂ ਬੋਲਣਿਆ ਤਾਂ ਤੂੰ ਮੈਨੂੰ ਯਾਰ ਕੀ ਤੈਨੂੰ ਸਮਝ ਨਹੀਂ ਆਉਂਦੀ ਫੋਨ ਸੋ ਚਿਕਨੀ ਕੀ ਤਾਂ ਕਿ ਉਹ ਨੂੰ ਕਰਨਾ ਕੰਫਰਟ ਹੋਇਆ ਤੇਰੀ ਆਵਾਜ਼ ਜਿਹੜੀ ਨਾ ਮੀਨੇ ਉਹ ਚਾਚਾ ਬਿਸ਼ਾਰਤ ਨੂੰ ਬਹੁਤ ਪਸੰਦ ਹੁੰਦੀ ਸੀ ਕਹਿੰਦਾ ਹੁੰਦਾ ਸੀਗਾ ਕਿ ਯਾਰਾ ਮੁੰਡਾ ਠੀਕ ਆ ਤੇਰੇ ਕੋਲ ਉਹ ਕਦੀ ਕਦੀ ਗੱਲ ਕਰੇ ਜਾਂਦਾ ਕਿਹੜਾ ਚਾਚਾ ਬਿਸ਼ਾਰਤ ਮੀਨੇ ਚਾਚਾ ਬਿਸ਼ਾਰਤ ਜਿਹੜਾ ਮੇਰੇ ਨਾਲ ਗੱਲਾਂ ਨਹੀਂ ਸੀ ਕਰਦਾ ਮਿਸਤਰੀ ਚਾਚਾ ਬਿਸ਼ਾਰਤ ਉਹ ਮੈਂ ਮੀਨਾ ਨਹੀਂ ਪੁੱਤਰਾ ਮੈਂ ਚਾਚਾ ਬਿਸ਼ਾਰਤ ਹੀ ਬੋਲਣਿਆ ਹਾਂ ਹਾਂ ਚਾਚਾ ਬਿਸ਼ਾਰਤ ਜਿਹੜਾ ਕੰਮਾਂ ਕਰਦਾ ਸੀ ਨਾਲ ਮਿਸਤਰੀਆਂ ਦਾ ਕੰਮ ਨਹੀਂ ਕਰਦਾ ਜਿਹੜਾ ਆ ਤੇ ਮੈਂ ਉਹ ਹੀ ਮੁਖਾਤਾਬ ਹਾਂ ਹਾਂ ਮੈਂ ਉਹਦੀ ਗੱਲ ਹੀ ਮੀਨੇ ਕਰਨੀ ਆ ਕੀ ਉਹਦੀ ਗੱਲ ਕਰੀ ਉਹ ਮੈਨੂੰ ਮੀਨਾ ਕਹਿੰਦੀ ਗਈ ਜਨਾ ਯਾਰ ਕਿਹੜੇ ਮਹੀਨੇ ਦੀ ਗੱਲ ਕਰਤਾ ਤੂੰ ਮੀਨੇ ਚਾਚਾ ਬਿਸ਼ਾਰਤ ਨਹੀਂ ਆਪਣਾ ਜਿਹੜਾ ਮੇਰੇ ਨਾਲ ਕਾਲਾਂ ਕਰਦਾ ਸੀ ਤੇ ਨਾਲ ਮਿਸਤਰੀਆਂ ਦਾ ਕੰਮ ਕਰਦਾ ਸੀ ਉਹ ਸ਼ਾਮੀ ਫੌਤ ਹੋਇਆ ਯਾਰ ਬੱਚੋ ਕੈਨੂੰ ਦੱਸੀ ਜਨਾ ਮੈਂ ਮੈਂ ਤਾਂ ਤੇ ਸਭ ਨੂੰ ਦੱਸ ਦੇ ਸਭ ਨੂੰ ਦੱਸ ਦੇ ਆਪਣੇ ਆਸ-ਪਾਸੇ ਜਿੰਨੇ ਤੇਰੇ ਲੋਕ ਦੇ ਨੇ ਆ ਜਿਹੜਾ ਮਿਸਤਰੀ ਬਿਸ਼ਾਰਤ ਜਨਾ ਕਾਲਾ ਕਰਦਾ ਸਭ ਨੂੰ ਦੱਸ ਦੇ ਹਾਂਜੀ ਉਹ ਹੀ ਮੀਨੇ ਉਹ ਹੀ ਫੌਤ ਹੋਇਆ ਫੌਤ ਹੋ ਗਿਆ ਆ ਤਾਰਕ ਜੀ ਤੇ ਨਾ ਗੱਲ ਕਰਨ ਦੇ ਯਾਰ ਮੈਂ ਆ ਤੈਨੂੰ ਦੱਸੀ ਤਾਂ ਜਾ ਨਾ ਜਾ ਮੈਂ ਆਇਆ ਤੇ ਮੀਨਾ ਇਦਾਂ ਕਰ ਮੇਰ ਕੋ ਮੀਨਾ ਮੇਰ ਕੋ ਘਾਰਾ ਤੇ ਮੈਂ ਤੈਨੂੰ ਨਾ ਪਰਚੀ ਤੇ ਲਿਖ ਦੇਣਾ ਐਲਾਨ ਐਲਾਨ ਨਹੀਂ ਤੂੰ ਮੈਨੂੰ ਮੀਨਾ ਖਾਲੀ ਖਈ ਜਾਣਾ ਮੈਂ ਮੀਨਾ ਲੱਗਦਾ ਤੈਨੂੰ ਯਾਰ ਮੈਂ ਬਚਾਜਦਾ ਬਿਸ਼ਾਰਾ ਤਾਂ ਤੇਰਾ ਯਾਰ ਤੇ ਨਾ ਉਹਨਾਂ ਦੇ ਮਹੱਲੇ ਜਾ ਕੇ ਨਾ ਗੁਲਾਮ ਹਮਦਾਬਾਦ ਉਥੇ ਸਾਰੀਆਂ ਮਸੀਤਾਂ ਚ ਲਾਨ ਕਰਾ ਦੇ ਤੇ ਸ਼ਾਮੀ 8 ਵਜੇ ਜਨਾਜ਼ਾ ਹੈ ਕੋਟਾ ਦੇ ਪੁੱਤਰਾ ਮੈਂ ਮਿਸਰੀ ਪੁੱਛਾਰਾ ਤੇ ਬੋਲਣਾ ਤੂੰ ਉਹਦੀ ਗੱਲ ਹੀ ਮੀਨੇ ਕਰਨ ਡਿਆ ਉਹੀ ਫੌਤ ਹੋਇਆ ਤੈਨੂੰ ਕਿਉਂ ਨਹੀਂ ਯਕੀਨ ਆਉਂਦਿਆ ਓਏ ਓ ਚਬਲ ਮੈਂ ਚਾਚਾ ਪੁੱਛਾਰਾ ਤੇ ਮੈਂ ਜ਼ਿੰਦਾ ਬਕਲਮ ਖੋਦ ਦੇਣਾ ਗੱਲ ਕਰਉਂਦੇ ਆਪ ਤੂੰ ਤੂੰ ਮੈਨੂੰ ਜੋ ਜੋ ਹਣੀ ਸੰਗੇ ਸਮਝਿਆ ਆਨੇ ਯਾਰ ਬਬਾ ਅ ਕੰਜਰ ਮੀਨਾ ਗਾਲਾਂ ਵਿੱਚ ਭਾਈ ਜਨਾ ਯਾਰ ਤੂੰ ਮੈਨੂੰ ਹਮੀਨਾ ਗਈ ਜਨਾ ਤੈਨੂੰ ਮੈਂ ਕਹੀ ਜਾਂਦਾ ਪਰ ਮੈਂ ਬੋਲਦਾ ਪਿਆ ਯਾਰ ਤੂੰ ਮੈਨਾਂ ਗੱਲ ਹੀ ਨਹੀਂ ਘਾਟਾ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਤੇਰੀ ਇਆ ਕਬਰਾਂ ਦੇ ਜਿੰਨੇ ਵੀ ਆਉਣੇ ਨੇ ਨਾ ਕਾਦੇ ਤੇ ਇਹ ਹੈ ਕਿ ਜੇਤੇ ਮਰਜ਼ੀ ਆਉਣ ਕਿਸੇ ਦੇ ਰਖਸ਼ੇ ਤੇ ਮੋਟਰਸਾਈਕਲ ਤੇ ਐ ਤੂੰ ਇੱਕ ਪਾਸੇ ਸਟੈਂਡ ਬਣਾ ਦੇ ਉੱਥੇ ਆ ਕੇ ਸਾਰੇ ਆਪਣੀਆਂ ਗੱਡੀਆਂ ਲਾਉਣ ਕਾਦੇ ਗੱਡੀਆਂ ਕਾਦੇ ਲੈ ਤੇ ਇਹ ਹੈ ਕਿ ਐਲਾਨ ਕਰਾ ਦੇ ਕਿ ਕਜ਼ਾਏ ਇਲਾਈ ਸ ਚਾਚਾ ਬਿਸ਼ਾਰਤ ਵਫਾਤ ਪਾ ਗਏ ਹਨ ਤਰਾ ਮੂੰਹ ਤੇ ਖਾਕ ਓਹ ਉਹ ਖਾਕ ਥੱਲੇ ਜਾਣਾ ਜੀ سپੁਰਦੇ ਆਪਣਾ ਖੋਤਾ ਤੇ ਮੋਸਾ ਦਾ ਮਸਾਲਾ ਕਰਨ ਤੂੰ ਪੱਕਾ ਹੀ ਹੋ ਜਣਾ سپੁਰਦੇ ਖਾਕ ਓ ਮਾਟਨ ਆ ਦੇ ਖੋਮਕ ਆ ਦੇ ਤੂੰ ਤਾਂ ਬਾਅਦ ਮੇਰੇ ਮਾਂ ਪਾ ਪੱਟਾ ਦੇ ਹੱਥ ਮਾਰਨਾ ਮਤਲਬ ਕਾਣਾ ਮੈਂ ਬੈਠਾ ਨਾ ਮਾਰ ਮੀਨੇ ਚਲੋ ਚਲੀਦਾ ਮੇਲਾ ਆ ਨਾ ਰੋਏ ਨਾ ਇਹ ਅੱਜ ਚਾਚਾ ਬਿਸ਼ਾਰਤ ਗਿਆ ਕੱਲੋਂਗੇ ਵਾਰੀ ਐ ਤੇ ਓ ਮਾਂ ਮੈਂ ਤੇਰੇ ਨਾ ਮੀਨੇ ਦੀ ਫੜ ਕੇ ਧੌਣ ਪਾਉਂਦੇ ਨਹੀਂ ਆ ਤਾਂ ਤੇਰੇ ਪਾ ਹੱਤ ਤੇ ਤੇਰੀ ਦਾ ਸੁੱਤ ਕਾਮ ਹੋ ਜਾਣੀ ਮੈਂ ਦੰਦਾ ਤੈਨੂੰ ਕਹੀ ਜਾਣਾ ਪੁੱਤ ਜਾਜ ਮੈਂ ਹੀ ਬੋਲਦਾ ਪਿਆ ਮਾਈਆ ਚਾਚਾ ਬਿਸ਼ਾਰਤ ਨੂੰ ਮੈਨੂੰ ਮਾਰ ਜਣਾ ਯਾਰ ਉਹ ਤੇ ਤੈਨੂੰ ਗਾਲਤੋਂ ਨਹੀਂ ਆਵਾਜ਼ ਤਾਂ ਨਹੀਂ ਪਤਾ ਲੱਗਦਾ ਬਈ ਮੇਰੀ ਗਾੜੀਆਂ ਚੱਲਣਦਾ ਹੀ ਆ ਦਰੀਆਂ ਦਰੀਆਂ ਵਿਸਾਓ ਉਹਨਾਂ ਦੇ ਬੂਏ ਅੱਗੇ ਜਾ ਕੇ ਉਹਨਾਂ ਨੂੰ ਜਾ ਕੇ ਹਾਂ ਬੂਆ ਖੜਕਾਓ ਉਹਨੂੰ ਕੋ ਜਿਹੜਾ ਵੀ ਅੰਦਰੋਂ ਨਿਕਲੇ ਉਹਨੂੰ ਕੋ ਜੀ ਚਾਚਾ ਬਿਸ਼ਾਰਤ ਫੌਤ ਹੋ ਗਿਆ ਟੈਂਟਾਂ ਟੁੰਟਾਂ ਹਲੇ ਜਾ ਕੇ ਉਹਨਾਂ ਦੀ ਗਲੀ ਸਾਰੀ ਚ ਟੈਂਟ ਲਾ ਦਿਓ ਗਲੀ ਚ ਬੰਦ ਕਰ ਦਿਓ ਨਾ ਅੰਦਰ ਹੀ ਧੌਂਚੇ ਤੋਂ ਹੁੱਕੇ ਦਾ ਪਾੜਵਾ ਪਾੜਿਓ ਨਾ ਕੋਈ ਗਲੀ ਚ ਆਵੇ ਨਾ ਕੋਈ ਜਾਵੇ ਇੱਕ ਕਨਾਤ ਉਧਰ ਲਾ ਦਿਓ ਉਹ ਗਿਆ ਹੋ ਗਿਆ ਪਾਗਲ ਹੋ ਗਿਆ ਓਹ ਹੋਈ ਓਹ ਹੋਈ ਦौरा ਪਾ ਗਿਆ ਦौरा ਪਾ ਗਿਆ ਕੰਜਰ ਨੂੰ ਪਾ ਗਿਆ ਫੇਰ ਦੌਰਾ ਓਹ ਹੋਈ ਦਿਲ ਦਾ ਦौरा ਦਿਲ ਦਾ ਦौरा ਪਿਆ ਮੀਨੇ ਕਿਨੂੰ ਚਾਚਾ ਬਿਸ਼ਾਰਤ ਕੀ ਖਾ ਲੜੀਆਂ ਓਏ ਓ ਬਾਸ਼ੀ ਇਨਸਾਨ ਕੋਹੋਸ਼ ਨੂੰ ਅੱਠ ਮਾਰ ਮੈਂ ਤੈਨੂੰ ਕਹੀ ਜਾਂਦਾ ਮੈਂ ਜਿੰਦਾ ਮੈਂ ਹੁਣ ਰੋਟੀ ਖਾ ਕੇ ਟਿਆ ਯਾਰ ਮੇਰੇ ਨਾਲ ਤੂੰ ਗੱਲ ਕਰ ਲਿਆ ਮੇਰਾ ਨਾ ਚਾਚਾ ਵੀ ਛਾੜਦਾ ਮੈਨੂੰ ਹੀ ਮਾਰੀ ਜਾਂਦਾ ਆ ਤੂੰ ਮੀਨੇ ساری ਜ਼ਿੰਦਗੀ ਮੈਂ ਚਾਚਾ ਪਛਾੜਦਾ ਹੁਣ ਮੈਂ ਮੀਨਾ ਕਰਕੇ ਬਾਜ ਦੇਦਾ ਤੈਨੂੰ ਯਾਰ ਕਹੜਾ ਉਹ ਪਤਾ ਨਹੀਂ ਕੋਈ ਕਲਾ ਭੂਤਰੀ ਦਾ ਵਿੱਚ ਪਾਈ ਜਾਂਦਾ ਮੀਨਾ ਵਿਚੋਣਾ ਤੇ ਇਹ ਆ ਕਿ ਸਵੇਰ ਨੂੰ ਕੋਲਾ ਤੇ ਜਿਹੜਾ ਨਾ ਉਹ ਤੇਰਾ ਰੋ ਵਾਲੀ ਮਸ਼ੀਨ 'ਚ ਹੱਥ ਆ ਗਿਆ ਜਾਜ ਇੱਕ ਵਜ ਗਈ ਤੇਰੇ ਸੱਚਾ ਬਬੂ ਤੈਨੂੰ ਕੁੱਤਾ ਨੇ ਵਟ ਲਿਆ ਤੇ ਤੈਨੂੰ ਸਮਝ ਨਹੀਂ ਆਉਂਦੀ ਹਾਂਜੀ ਕਿਥੇ ਗਾਈ ਕੋਟਾ ਦਿਖਾ ਲਿਆ ਤੂੰ ਮੈਂ ਤੈਨੂੰ ਕਹੀ ਤੇ ਜਾਣਾ ਮੈਂ ਮੈਂ ਹੁਣ ਮੈਂ ਵੀ ਉੱਥੇ ਪਹੁੰਚਦਾ ਹਾਂ ਉਹਦੇ ਘਰ ਤੇ ਤੂੰ ਵੀ ਆਪਣੇ ਯਾਰ ਦੋਸਤ ਸਾਰੇ ਲੈ ਕੇ ਪਹੁੰਚੋ ਪਹਿਲੇ ਤੇ ਸਾਰੀਆਂ ਮਸੀਤਾਂ 'ਚ ਐਲਾਨ ਕਰਾ ਤਾਂ ਕਿ ਉਹਦੇ ਸਾਰੇ ਆਣ ਪਹੁੰਚਣਾ ਹਾਂ ਕਿਉਂ ਚਾਚਾ ਬੁਛਾਰਤ ਆਲੇ ਬਜੀ ਤੋ ਪਾਕਿਸਤਾਨ ਦੀ ਅਗਲੀ ਕਿ ਸੌਥੇ ਚੱਲਣੀ ਆ ਹਾਂ

ਉਹ ਅਜਾਜ ਕਢਾ ਆ ਜਾ ਮੈਂ ਤੈਨੂੰ ਦੱਸਾ ਆਪਣਾ ਦਿਮਾਗ ਦਾ ਇਲਾਜ ਕਰਾ ਲਾ ਲੈ। ਚਲ ਉੱਥੇ ਜਾ ਕੇ ਟੱਕਰਾ ਹੁੰਦਾ ਦਿਮਾਗ ਦਾ ਦਿਮਾਗ ਦਾ ਹੀ ਮਸਲਾ ਸੀਗਾ ਉਹਦਾ। ਕਹਦਾ ਦਿਮਾਗ ਤੇ ਬੇਚਾਰਾ ਦਾ। ਉਹ ਚਾਹਦਾ ਦਿਮਾਗ ਦਾ ਵੀ ਮਸਲਾ ਹੋ ਗਿਆ ਹਾਂ। ਆ ਮੈਂ ਕੱਲੇ 294000 ਰੁਪਏ ਦੀ ਪੇਮੈਂਟ ਲਾ ਕੇ ਆ ਉਦੋਂ ਮੇਰੇ ਦਿਮਾਗ ਦਾ ਮਸਲਾ ਨਹੀਂ ਸੀ ਹਾਂ। ਹੁਣ ਮੇਰੇ ਦਿਮਾਗ ਦਾ ਓਏ ਮਾ ਜਿੱਤਾ ਓਏ ਓਏ ਮਾ ਜਿੱਤਾ ਮੱਲੇ ਸਾਰੇ ਨੇ ਗਲੀ ਚ ਬੂਏ ਖੜਕਾ ਖੜਕਾ ਕੇ ਸਾਰੇ ਬੰਦਿਆਂ ਨੂੰ ਕੱਢੋ ਉਹਨਾਂ ਨੂੰ ਕਹੋ ਚਲੋ ਜੀ ਆਜੋ ਚਲੀਏ ਤੇ ਬਸ ਚਾਚੇ ਬਿਸ਼ਾਰਤ ਦੇ ਅੰਦਰ ਵੜੀ ਜਾਓ ਸਾਰੇ ਬੰਦੇ ਜਿੰਨੇ ਵੀ ਨੇ ਬੁੱਢੀਆਂ ਬੰਦੇ ਓਏ ਤੂੰ ਕਦਾਂ ਰਾਤੀ 100 ਲੱਗੇ 8 10 ਕੁਲਚੇ ਖਾ ਲਿਆ ਮੇਤਾ ਪਰ ਕੇ ਸੁਤਾ ਤੈਨੂੰ ਉਹਦਾ ਡਰਾਉਣੇ ਖਾਬ ਹੋ ਜਾਂਦੇ ਆ ਬਸ ਤੈਨੂੰ ਮੋਟਾ ਮੇਰੇ ਨਾਲ ਹੋ ਜਾ ਬੁੱਢੀਆਂ ਨੂੰ ਬਸ ਕਹਿਣਾ ਕਿ ਬਾਹਰ ਰੋਣਾ ਸ਼ੁਰੂ ਕਰ ਦੇਣ ਤੇ ਅੰਦਰ ਵੜੀ ਜਾਣ ਚਾਚੇ ਬਿਸ਼ਾਰਤ ਦੇ ਘਰ ਅੰਦਰ ਵੜੀ ਜਾਣ ਚਾਚੇ ਬਿਸ਼ਾਰਤ ਦੇ ਘਰ ਮੇਰਾ ਜਿਹੜਾ ਅੰਦਰ ਬੜਿਆ ਮੈਂ ਜੁੱਤੀਆਂ ਮਾਰਾਂਗਾ ਫਿਰ ਬਾਹਰ ਬੜਨ ਦਾ ਮਤਲਬ ਦ ਪੋਲਾ ਘਰ ਦੇ ਵਿੱਚ ਸਾਰੇ ਹਸਣ ਖੇਡਦੇ ਆ ਤੂੰ ਮੇਰੇ ਨਾਲ ਜ਼ੋਰ ਕਾ ਲਵਾ ਦੇ ਮੀਨਾ ਜਰਾ ਰੌਣਕ ਲਾਈ ਤੂੰ ਬਤਾ ਰੋਈ ਜਰਾ ਤਹਾ ਮਾਰ ਮਾਰ ਕੇ ਤਾਂ ਕਿ ਰੌਣਕ ਜੀ ਲੱਗ ਜਵੇ ਓਏ ਮਮੀ ਨੇ ਦੀ ਮੈਂ ਮੈਂ ਭੂਤਰੀ ਤੇ ਮੈਂ ਮੋਰਚਾ ਮੈਂ ਤੁਹਾਨੂੰ ਕਹਣਾ ਫਿਰ ਤੂੰ ਓਏ ਗੱਲ ਕਰੀ ਜਾਂਦਾ ਓਏ ਜਾਜ ਐਨੀ ਐਨੀ ਧੀਰ ਪੁੱਤ ਮੁਰਤੇ ਨਹੀਂ ਗੱਲ ਕਰਦੇ ਹੁੰਦੇ ਮੁਰਤੇ ਕਾ ਕਾਪੇ ਵੀ ਆ ਕੇ ਕਿਤੇ ਮਾਰੀ ਮੁਰਤੇ ਗੱਲ ਕਰਦੇ ਐਨੀ ਬੜੀ ਗੱਲ ਕਰਨਾ ਮੁਰਤਾ ਕਰੀ ਜਾਂਦਾ ਐਡਾ ਹਾਜ਼ਰ ਦਿਮਾਗ ਮੁਰਤਾ ਯਾਰ ਸਭਾ ਨਹੀਂ ਆਉਂਦੀ ਮੈਂ ਮੈਂ ਜਾਂਦਾ ਚੱਲ ਮੈਨੇ ਪਹੁੰਚਦਾ ਮੈਂ ਵੀ ਇਦਾਂ ਕਰ ਤੂੰ ਪੈਸੇ ਮੇਰੇ ਕੋ ਲੈ ਲੈ ਦੇਗਾ ਦੁਕਾਨ ਦੇ ਤੁਸੀਂ ਭੂਤ ਨਹੀਂ ਦੇ ਆਹ ਦੋਵਾਂ ਆਓ ਜਰਾ ਮੈਂ ਤੁਹਾਨੂੰ ਬੂਲੇ ਕੁੱਤੇ ਪਵਾ ਬਹੁਤ ਆਪਦੀਆਂ ਪੰਨੀਆਂ ਬੜਾ ਦੇਣੀਆਂ ਦੋਵਾਂ ਦੀਆਂ ਹੱਕ ਜਰਾ ਅੱਛਾ ਆਦਮੀ ਸੀਗਾ ਚਾਚਾ ਵੀ ਸਾਰਾ ਉਹ ਤਾਂ ਤੱਕ ਉਹ ਪੂਰਾ ਹੋ ਗਿਆ ਬਕਾਰਤ ਹੋ ਗਿਆ ਉਹਨਾਂ ਤੇ ਖੇਤਰਾ ਬਹਾਲ ਕੇ ਕਰਦਾ ਉਹਦੇ ਕਿਤੇ ਘਰ ਦੇ ਲੱਗਣਾ ਲੱਗ ਜਿਮਤ ਦੱਸ ਮੀਨੇ 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 ਆਪ ਅੱਲਾਹਤਾ ਮੇਰੇ ਗਜਰੀ ਟੱਕਰ ਗਿਆ ਕੜੀ ਬੁੜੀ ਭੁੱਲ ਜਾਂਦਾ ਕਰ ਇੱਕ ਮੈਂ ਕੌਣ ਆ ਉਹ ਮਾਜਾਜ ਮੈਂ ਮੈਂ ਕੱਜਰ ਮਿਸਤਰੀ ਬੋਲਨੇ ਆਂ ਚੁੜਿਆ ਤੈਨੂੰ ਸਮਝਾਈ ਨਹੀਂ ਆਪੀ ਭਾਈ ਮਾਜਾਜਾ ਮਿਸਤਰੀ ਬੁਸ਼ਾਰਤ ਅਲੀ ਮਿਸਤਰੀ ਹੋਈ ਉਹੀ ਉਹੀ ਫੌਤ ਹੋਇਆ ਹੋਰ ਇਹ ਤੂੰ ਕਿਉਂ ਨਹੀਂ ਯਕੀਨ ਕਰਨ ਰਿਆ ਮੇਰੀ ਗੱਲ ਤੇ ਖੁਦਾ ਦਾ ਤੈਨੂੰ ਵਾਸਤਾ ਹੈ ਇਸ ਗੱਲ ਤੇ ਯਕੀਨ ਕਰ ਲੈ ਕਿ ਫੌਤ ਹੋ ਗਿਆ ਆ ਹਾਕੀ ਮੂਆ ਆ ਹਾਕੀ ਮੂਆ ਆ ਤੇਰੇ ਤੇ ਤੇਰੇ ਤੇ ਤਰੀ ਤੋਂ ਤੀ ਚ ਬਿੱਲੀ ਮੜ ਜਾਵੇ ਓਏ ਕੱਕ ਕੱਕ ਅਸ ਕੀ ਯਾਰ ਕਦੇ ਤਫਾ ਯਾਰ ਤੂੰ ਫੇਰ ਹੋਣੇ ਗੱਲਾਂ ਦੇ ਤੈਨੂੰ ਮੈਨੂੰ ਇਹ ਦੱਸ ਇਹ ਕਿਤੇ ਤੈਨੂੰ ਜੁੱਤੀ ਸੰਘਾੜੀ ਪੈਂਦੀ ਤੂੰ ਹੋਸ਼ ਆਉਣਾ ਤੇਰਾ ਦਿਮਾਗ ਵੀ ਤਾਂ ਖਰਾਬ ਹੁੰਦਾ ਤੈਨੂੰ ਘਰ ਦੇ ਛੱਡ ਜਾਂਦੇ ਆ ਸ਼ਾਮੀ ਚੱਕ ਚੰਗਾ ਭਲਾ ਕੰਮ ਤੋਂ ਆਇਆ ਕਿੰਨਾ ਚੱਕ ਕਿਥੋਂ ਕੰਮ ਤੋਂ ਮਿਸਤਰੀਆਂ ਵਾਲੇ ਕੰਮ ਤੋਂ ਅੱਛਾ ਬਸ ਆ ਕੇ ਮੈਂ ਆਇਆ ਨਹੀਂ ਤੈਨੂੰ ਪਤਾ ਵੀ ਲੱਗ ਗਿਆ ਮੈਂ ਆ ਗਿਆ ਫੇਰ ਅੱਕੇ ਕੀ ਹੋਇਆ ਮੈਂ ਦੱਸਣ ਨਾ ਮਹੀਨੇ ਹੌਸਲੇ ਨਾ ਸੁਣਨਾ ਯਾਰ ਹੌਸਲੇ ਨਹੀਂ ਚੁੜਨੇ ਆ ਮੈਂ ਭੱਜ ਕੇ ਛੁਰੀ ਫੜ ਲਈ ਆਪਣੇ ਮਾਰਨ ਲਈ ਮੈਂ ਸੁਣਨ ਤਾਂ ਦਿਆ ਮਿਸਤਰੀ ਸੁਣਨਿਆ ਤੇ ਮੀਨੇ ਚਾਮੀ ਆ ਕੇ ਰੋਟੀ ਖਾਦੀ ਏ ਚਾਚਾ ਪੁੱਛਾਰਾ ਹਾਂਜੀ ਕੋਫਤੇ ਪੱਕੇ ਹੋਏ ਸੀਗੇ ਬਸ ਪੁੱਤ ਦੇ ਆ ਪੋਤਰਾ ਵਾ ਕੋਈ ਨਹੀਂ ਤੋਰੀ ਨਾਲ ਰੋਟੀ ਖਾਦੀ ਆ ਬੈ ਇੱਥੇ ਤੇਰੀ ਬਕਵਾਸ ਫੜੀ ਗਈ ਇੱਥੇ ਤਾਂ ਝੂਠਾ ਪਾ ਗਿਆ ਓਏ ਓਏ ਆ ਜਾਲੀ ਪਨਾ ਗਜ਼ੀਰ ਆ ਜਾ ਜਾ ਓਏ ਓਏ ਓ ਖਾਬਾ ਦੇ ਸਦਾਕਰ ਹੌਸੇ ਆ ਜਾ ਓਏ ਉਂਟਲੀ ਮੋਆ ਹੋਰ ਸਿਆਜਾ ਬਤਲੋ ਕਨਾ ਆਪ ਆਪ ਕਿਤਾਬ ਬਲਦ ਕਰਦੇ ਜਿਹੜੀ ਅੱਦੇ ਅਗੋ ਜਾਦੂਗਰੀਆਂ ਦੀ ਖੋਲੀ ਹੋਈ ਆ ਕੋਫਤਾ ਬੁਰਕੀ ਚ ਲਿਆ ਹੈ ਉਹ ਪੂਰਾ ਹੀ ਕਿਤੇ ਕੋਫਤਾ ਲਿਆ ਉਹਨੇ ਕਿਹਾ ਮੂੰਹ ਜਾ ਕੇ ਦੰਦੀ ਵੱਡੂਗਾ ਤੇ ਟੁੱਟ ਜਾਏਗਾ ਉਹ ਜ਼ਰਾ ਸਖਤ ਸੀ ਤਲਿਆ ਉਹ ਸੰਗ ਚ ਗੇਂਦ ਤਰਾਂ ਨਾ ਫਸ ਗਿਆ ਜਾ ਕੇ ਬਕਵਾਸ ਬਕਵਾਸ ਮੇਰੀ ਬਕਵਾਸ ਉਹ ਕੋਫਤਾ ਤੇ ਸੰਗ ਜਾ ਵੀ ਚਲ ਜਾਵੇ ਉਹ ਤਾਂ ਨਰਮ ਹੁੰਦਾ ਕੋਤੇ ਦੇ ਪੁੱਤਰਾ ਮੈਂ ਜਿੰਦਾਬਾ ਆ ਜਿੰਦਾ ਨਹੀਂ ਜ਼ਿੰਦਾਂ ਮੀਨੇ ਮੰਨ ਜਾ ਨਹੀਂ ਜ਼ਿੰਦਾ ਬੱਕਸੇ ਸੇੜ ਦੀ ਸੇੜ ਦੀ ਚੱਪਲੇ ਬਾਜ ਆ ਜਾ ਬਾਜ ਆ ਜਾ ਕਿ ਤੱਕ ਕਾਂਡੀ ਮੂੰਹ ਆ ਬਾਜ ਆ ਜਾ ਮਾਤਾ ਨੂੰ ਦਿੱਤਾ ਤੱਕ ਨਾ ਹੌਸ਼ ਕਰ ਲਾ ਓਏ ਥੱਕਾ ਲਨ ਭਰ ਕੇ ਪਾਣੀ ਦਾ ਪਾ ਓਏ ਪਾਣੀ ਬਹੁਤ ਅੰਦਰੋਂ ਤੇ ਪਾਣੀ ਪੂਣੀ ਪਾਇਆ ਉਹਨਾਂ ਨੇ ਕਿਹਾ ਪਤਾ ਨਹੀਂ ਵੈਸੀ ਬੇਹੋਸ਼ ਹੋਇਆ ਠੰਡਾ ਪਾਣੀ ਦਾ ਜੱਗ ਵੀ ਉੱਤੇ ਤਿੰਨ ਚਾਰ ਪਾਇਓ ਉਹ ਤਾਂ ਸਭ ਫੌਤ ਹੋਇਆ ਸੀ ਠੰਡ ਲੱਗਣ ਲੱਗ ਪਈ ਉਹਨੂੰ ਅੱਛਾ ਮੈਂ ਬਕਵਾਸ ਕਰਨੀ ਨਹੀਂ ਹੁਣ ਮੈਂ ਕੋਕਾ ਮੈਂ ਜਿਹੜੀ ਵੀ ਕਰਨੀ ਨਾ ਤੂੰ ਸਾਲਿਆ ਮੇਰੇ ਤੇ ਪਾਈ ਜਾਣਾ ਮੈਂ ਤੁਹਾਨੂੰ ਇੱਕ ਘੰਟੇ ਦਾ ਭੋਕਣ ੜਿਆ ਬਕਵਾਸ ਉਹਨੇ ਜਿਹੜੀ ਕਰਨੀ ਸੀ ਕਰ ਲਈ ਮੁੱਕ ਗਈਆਂ ਬਕਵਾਸਾਂ ਵਿਚਾਰੇ ਦੀ ਮੈਂ ਹਯਾਤ ਆ ਓਏ ਵਾਹ ਹਯਾਤ ਆ ਮੈਂ ਹਯਾਤ ਆ ਤੇਰੀ ਖੇਡਾ ਬੰਮਾ ਮਕਾ ਦੇਣੀ ਦੇਖੀ ਚੱਲ ਜਾ ਬਾਇ ਲਗਾ ਆ ਮੈਂ ਨਾ ਖਾਲੇ ਕਥਨੀ ਚ ਉੱਠ ਕੇ ਬਕਵਾਸ਼ ਕਰ ਜਾਂਦੇ ਆ ਬਾਰ ਬਾਰ ਆ ਹਮੇ ਬਸ ਆ ਰਿਹਾ ਤੈਨੂੰ ਘਰੋਂ ਲੈ ਲੈਣਾ ਮੈਂ ਹਾਂ ਮੀਨੇ ਕਿੰਨੂੰ ਘਰੋਂ ਮੀਨੇ ਤੈਨੂੰ ਮੈਂ ਤੈਨੂੰ ਦੋਵਾਂ ਨੂੰ ਜੇਲ੍ਹ ਤੋਂ ਲਾਵਾਂਗਾ ਕਾਕਾ ਓ ਮੇਰੇ ਯਾਰ ਆ ਆ ਆ ਲੋ ਪੁੱਤਰਾ ਨੂੰ ਆਲਾ ਮੈਨੂੰ ਰੋਈ ਲਾ ਕੇ ਆ ਜਰਾ ਇਹ ਪਏ ਕਾਲਾ ਕਰਤਾ ਅੱਜ ਤੋਂ ਬਾਅਦ ਪਾ ਮੈਨੂੰ ਕਿਤੇ ਟੱਕਰ ਗਿਆ ਉਹ ਕਾਦੀ ਚਲ ਬੁਛਾਰਾ ਕਹਿੰਦਾ ਬੱਤ ਨੂੰ ਬੇਟੇ ਉਹ ਕੁੱਤਾ ਪਵਾ ਦੇਣਾ ਜਦੀ ਧੌਣ ਵੀ ਹਾਣੀ ਤੇਰੇ ਉਹਨੇ ਦੰਦੀ ਵੀ ਵਾਟ ਰਣੀ ਕਿਦਾ ਖੋਤਾ ਲਿਆ ਪੁੱਤਰਾ